ਹੈ ਕਿ ਮੈਂ ਆਪਣੇ ਕੰਫਰਟ ਲੈਵਲ ਤੋਂ ਥੋੜ੍ਹਾ ਹਟ ਕੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਪੋਜ਼ਿਟਿਵ ਪੋਜ਼ਿਟਿਵ ਮੈਂ ਕਿਹਾ ਬਹੁਤ ਹੋ ਗਿਆ, ਹੁਣ ਥੋੜ੍ਹਾ ਬੈਡ ਬੋਏ ਬਣ ਕੇ ਵੇਖ ਲਈਏ। ਜਿਹੜੀਆਂ ਗੱਲਾਂ ਦਾ ਜ਼ਿਕਰ ਅਸੀਂ ਕਿਤਾਬਾਂ ਵਿੱਚ ਸੁਣਦੇ ਹਾਂ ਜਾਂ ਪੜ੍ਹਦੇ ਆਏ ਹਾਂ, ਉਹ ਇਹਨਾਂ ਨੇ ਬਾ ਕਮਾਲ ਪਲੇ ਕਰ ਦਿੱਤਾ ਕਿਰਦਾਰ ਜਿਹੜਾ ਅਸੀਂ ਸਿਰਫ ਹੁਣ ਤੱਕ ਪੜ੍ਹਿਆ ਹੋਣਾ ਕਿਤਾਬਾਂ। ਮੈਨੂੰ ਸ਼ੁਰੂ ਤੋਂ ਨਾ ਭੁੱਖ ਸੀਗੀ ਕਿ ਇੱਦਾਂ ਦਾ ਕਰੈਕਟਰ ਕੋਈ ਮੇਰੀ ਜ਼ਿੰਦਗੀ 'ਚ ਆਵੇ, ਮੈਂ ਇੱਦਾਂ ਦਾ ਕਿਰਦਾਰ ਪਲੇ ਕਰਾਂ ਜਿੱਥੇ ਮੇਰੀ ਜੋ ਰੇਂਜ ਹੈ ਐਜ਼ ਐਨ ਐਕਟਰ ਮੈਂ ਉਹ ਦਿਖਾ ਸਕਾਂ। ਅਤੇ ਮੈਨੂੰ ਇਹ ਲੱਗਦਾ ਕਿ ਇਹ ਉਹ ਕਿਰਦਾਰ ਹੈ ਜਿੱਥੇ ਮਤਲਬ ਮੈਂ ਆਪਣੀ ਜ਼ਿੰਦਗੀ ਦੀ ਸਾਰੀ ਮਿਹਨਤ ਇਸ ਕਿਰਦਾਰ 'ਤੇ ਪਾ ਸੀ। ਮੇਰੇ ਲਈ ਵੀ ਇਹ ਫਿਲਮ ਬਹੁਤ ਖਾਸ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਮੈਨੂੰ ਇੱਕ ਟਾਈਮ 'ਤੇ ਦੋ ਡਿਫਰੈਂਟ ਵਾਈਬ੍ਰੇਸ਼ਨ ਪਲੇ ਕਰਨ ਦਾ ਮੌਕਾ ਮਿਲਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਪੰਜਾਬੀ ਟੀ ਵੀ ਦੇਖ ਰਹੀ ਹਾਂ ਤੁਸੀਂ, ਦਿਸ ਇਜ਼ ਯੋਰ ਔਸਮ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਅੱਜ ਬੈਕਗਰਾਊਂਡ ਚੇਂਜ ਹੈ ਕਿਉਂਕਿ ਮੈਂ ਔਫਿਸ ਨਹੀਂ ਹਾਂ। ਅਸੀਂ ਅੱਜ ਪਹੁੰਚੇ ਹਾਂ ਅੱਲੜ ਵਰੇਸ ਫਿਲਮ ਦੇ ਟ੍ਰੇਲਰ ਲਾਂਚ ਦੇ ਉੱਤੇ। ਫਿਲਮ ਨੂੰ ਸ਼ਿਵਮ ਸ਼ਰਮਾ ਦੇ ਦੁਆਰਾ ਡਾਇਰੈਕਟ ਕੀਤਾ ਗਿਆ ਅਤੇ ਮੇਨ ਲੀਡ ਦੇ ਵਿੱਚ ਅਰਮਾਨ ਬੇਦਿਲ ਐਂਡ ਜਾਨਵੀਰ ਕੌਰ ਨੇ। ਅਰਮਾਨ ਨੂੰ ਅਸੀਂ ਪਹਿਲਾਂ ਮੁੰਡਾ ਸਾਊਥ ਹਾਲ ਦਾ ਦੇ ਵਿੱਚ ਦੇਖਿਆ, ਉਹਨਾਂ ਦੀ ਐਕਟਿੰਗ ਦੇ ਤਾਂ ਅਸੀਂ ਉੱਥੋਂ ਹੀ ਫੈਨ ਹੋ ਗਏ ਹੋਏ ਸੀ ਯਾਰ। ਮਤਲਬ ਮੁੰਡਾ ਗਾਉਂਦਾ ਤਾਂ ਸੋਹਣਾ ਹੈ ਹੀ, ਉੱਦਾਂ ਵੀ ਸੋਹਣਾ ਅਤੇ ਐਕਟਿੰਗ ਵੀ ਬਾ ਕਮਾਲ ਕਰਦਾ। ਜਾਨਵੀਰ ਨੂੰ ਅਸੀਂ ਪਹਿਲੀ ਵਾਰੀ ਕਿਸੇ ਪੰਜਾਬੀ ਫਿਲਮ ਦਾ ਹਿੱਸਾ ਬਣਦੇ ਹੋਏ ਦੇਖਣ ਵਾਲੇ ਹਾਂ। ਸਾਊਥ ਤੋਂ ਕੁੜੀ ਨੇ ਸ਼ੁਰੂਆਤ ਕੀਤੀ ਹੈ ਐਂਡ ਬਹੁਤ ਸਾਰੇ ਪੰਜਾਬੀ ਗਾਣਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਦੇਖਿਆ, ਪਰ ਕਿਸੇ ਫਿਲਮ ਦੇ ਵਿੱਚ ਐਕਟ ਕਰਦੇ ਹੋਏ ਅਸੀਂ ਪਹਿਲੀ ਵਾਰੀ ਦੇਖਣ ਵਾਲੇ ਹਾਂ। ਫਿਲਮ ਦਾ ਜਦੋਂ ਪੋਸਟਰ ਆਇਆ ਸੀ ਨਾ, ਪੋਸਟਰ ਨੂੰ ਦੇਖ ਕੇ ਮੈਨੂੰ ਇੱਦਾਂ ਲੱਗ ਰਿਹਾ ਸੀਗਾ ਕਿ ਇੱਕ ਰੋਮਾਂਟਿਕ ਡਰਾਮਾ ਫਿਲਮ ਰਹਿਣ ਵਾਲੀ ਹੈ, ਬਟ ਦੈਨ ਉਸ ਤੋਂ ਬਾਅਦ ਕੁਝ ਹੋਰ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਕਿ ਨਹੀਂ ਨਹੀਂ ਮੂਵੀ ਦੇ ਵਿੱਚ ਕੁਝ ਹੋਰ ਇਮੋਸ਼ਨਸ ਵੀ ਨੇ। ਸੋ ਰਿਪੋਰਟਸ ਤਾਂ ਇਹ ਕਹਿ ਰਹੀਆਂ ਸੀਗੀਆਂ, ਅੱਜ ਆਪਾਂ ਟ੍ਰੇਲਰ ਦੇਖ ਲੈਣਾ ਔਰ ਟ੍ਰੇਲਰ ਤੋਂ ਸਾਨੂੰ ਬਹੁਤ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿ ਫਿਲਮ ਦੇ ਵਿੱਚ ਹੋਰ ਕਿਹੜੇ ਕਿਹੜੇ ਇਮੋਸ਼ਨਸ ਨੇ। ਸੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਵੀ ਦੱਸਾਂ, ਅਸੀਂ ਪਹਿਲਾਂ ਟ੍ਰੇਲਰ ਦੇਖਦੇ ਹਾਂ, ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਕਿ ਫਿਲਮ ਦੇ ਵਿੱਚ ਹੋਰ ਕਿਹੜੇ ਕਿਹੜੇ ਇਮੋਸ਼ਨਸ ਨੇ। ਆਓ ਚੱਲਦੇ ਹਾਂ। ਬਹੁਤ ਐਕਸਾਈਟਿਡ ਹਾਂ ਜੀ, ਅਸੀਂ ਸਾਰੇ ਸਾਰੀ ਟੀਮ ਬਹੁਤ ਐਕਸਾਈਟਿਡ ਆ ਸਾਡੀ, ਅਤੇ ਫਾਈਨਲੀ ਅੱਜ ਟ੍ਰੇਲਰ ਲਾਂਚ ਹੋਇਆ ਅਤੇ 31 ਮਈ ਵੀ ਦੂਰ ਨਹੀਂ ਹੈਗੀ। ਅਤੇ ਮੈਂ ਆਪਣੇ ਜਿਵੇਂ ਤੁਸੀਂ ਮੇਰੇ ਕਰੈਕਟਰ ਬਾਰੇ ਗੱਲ ਕਰ ਰਹੇ ਹੋ ਕਿ ਕਰੈਕਟਰ ਖਿੱਚਦਾ ਆਪਣੇ ਆਪ, ਮਤਲਬ ਆਪਣੇ ਵੱਲ ਥੋੜ੍ਹਾ ਅਟਰੈਕਟ ਕਰਦਾ, ਕਿਉਂਕਿ ਅੱਜ ਕੱਲ੍ਹ ਕਹਿੰਦੇ ਨੇ ਕਿ ਬੈਡ ਬੋਇਜ਼ ਲਾਈਕ ਕਰਦੇ, ਪਰ ਇਹ ਹੈ ਕਿ ਥੋੜ੍ਹਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੈਂ ਆਪਣੇ ਕੰਫਰਟ ਲੈਵਲ ਤੋਂ ਥੋੜ੍ਹਾ ਹਟ ਕੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਪੋਜ਼ਿਟਿਵ ਪੋਜ਼ਿਟਿਵ ਮੈਂ ਕਿਹਾ ਬਹੁਤ ਹੋ ਗਿਆ, ਹੁਣ ਥੋੜ੍ਹਾ ਬੈਡ ਬੋਏ ਬਣ ਕੇ ਵੇਖ ਲਈਏ। ਆਪਣੀ ਫਿਲਮ ਬਹੁਤ ਵਧੀਆ ਬਣੀ ਹੈ, ਈਵਨ ਅਸੀਂ ਵੀ ਫਿਲਮ ਦੇ ਨਾਲ ਦਿਲੋਂ ਜੁੜੇ ਹੋਏ ਹਾਂ, ਜਿਵੇਂ ਵੀ ਬਹੁਤ ਗਹਿਰਾ ਜੁੜੇ ਹੋਏ ਨੇ। ਜਿਵੇਂ ਕਹਿੰਦੇ ਬੈਡ ਬੋਏ ਸਾਰੇ ਪਸੰਦ ਕਰਦੇ ਆ, ਬਿਲਕੁਲ ਇਹਨਾਂ ਨੇ ਬਾ ਕਮਾਲ ਐਕਟਿੰਗ ਕੀਤੀ ਹੈ ਕਿ ਇਨ ਬਿਟਵੀਨ ਵਿੱਚ ਫੀਲ ਆ ਜਾਂਦੀ ਹੈ ਕਿ ਯਾਰ ਹੀਰੋਇਨ ਨੂੰ ਜਿਮੀ ਵਾਲੇ ਪਾਸੇ ਹੋਣਾ ਚਾਹੀਦਾ। ਸੋ ਸੀਰੀਅਸਲੀ ਸਟੋਰੀ ਬਹੁਤ ਵਧੀਆ ਆ ਔਰ ਅਸੀਂ ਆਸ਼ਾ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਵੀ ਸਾਡੀ ਮਿਹਨਤ ਉਨੀ ਪਸੰਦ ਆਏਗੀ। ਜਿਹੜੀਆਂ ਗੱਲਾਂ ਦਾ ਜ਼ਿਕਰ ਅਸੀਂ ਕਿਤਾਬਾਂ ਵਿੱਚ ਸੁਣਦੇ ਹਾਂ ਜਾਂ ਪੜ੍ਹਦੇ ਆਏ ਹਾਂ, ਉਹ ਇਹਨਾਂ ਨੇ ਬਾ ਕਮਾਲ ਪਲੇ ਕਰ ਦਿੱਤਾ ਉਹ ਕਿਰਦਾਰ ਜਿਹੜਾ ਅਸੀਂ ਸਿਰਫ ਹੁਣ ਤੱਕ ਪੜ੍ਹਿਆ ਹੋਣਾ ਕਿਤਾਬਾਂ ਦੇ ਵਿੱਚ। ਅੱਲੜ ਵਰੇਸ ਕੱਚੀ ਉਮਰ ਕਹਿ ਸਕਦੇ ਆ, ਜਦੋਂ ਆਪਾਂ ਜਵਾਨੀ ਵੱਲ ਪੈਰ ਰੱਖਦਾ ਕੋਈ, ਕੱਚੀ ਉਮਰ ਕਹਿੰਦੇ ਮੇਰੇ ਖਿਆਲ, ਅੱਲੜ ਵਰੇਸ ਦਾ ਮਤਲਬ ਆਹੀ ਹੈ। ਵਾਕਈ ਗੱਲ ਸਹੀ ਹੈ ਕਿ ਸਾਨੂੰ ਬਹੁਤ ਤਰ੍ਹਾਂ ਬਹੁਤ ਇੱਦਾਂ ਦੇ ਮੌਕੇ ਮਿਲਦੇ ਨੇ ਕਿ ਅਸੀਂ ਬਹੁਤ
ਮਾਈਨਿਊਟਲੀ ਵਾਚ ਕਰਨ ਦੀ ਸਾਨੂੰ ਜ਼ਰੂਰਤ ਪੈਂਦੀ ਹੈ। ਜਦੋਂ ਸਾਡੇ ਅੱਗੇ ਕੋਈ ਚੈਲੰਜ ਆਉਂਦਾ ਤਾਂ ਓਬਵੀਅਸਲੀ ਅਸੀਂ ਉਸ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਕਿ ਸਾਡੇ ਜਿਹੜੇ ਨੌਲੇਜ ਨੂੰ, ਸਾਡੇ ਗਿਆਨ ਨੂੰ ਵਧਾਉਂਦਾ ਵੀ ਹੈ ਅਤੇ ਸਾਡੇ ਪਰਫੋਰਮ ਕਰਨ ਦੇ ਲਈ ਮਦਦ ਵੀ ਕਰਦਾ। ਸੋ ਬਿਲਕੁਲ ਸਹੀ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹੈ ਕਿ ਸਾਨੂੰ ਪਰਮਾਤਮਾ ਨੇ ਇਸ ਕੰਮ 'ਚ ਲਾਇਆ ਹੋਇਆ। ਮੈਨੂੰ ਸ਼ੁਰੂ ਤੋਂ ਨਾ ਭੁੱਖ ਸੀਗੀ ਕਿ ਇੱਦਾਂ ਦਾ ਕਰੈਕਟਰ ਕੋਈ ਮੇਰੀ ਜ਼ਿੰਦਗੀ 'ਚ ਆਵੇ, ਮੈਂ ਇੱਦਾਂ ਦਾ ਕਿਰਦਾਰ ਪਲੇਅ ਕਰਾਂ ਜਿੱਥੇ ਮੇਰੀ ਜੋ ਰੇਂਜ ਐਜ਼ ਐਨ ਐਕਟਰ ਮੈਂ ਉਹ ਦਿਖਾ ਸਕਾਂ। ਅਤੇ ਮੈਨੂੰ ਇਹ ਲੱਗਦਾ ਕਿ ਇਹ ਉਹ ਕਿਰਦਾਰ ਹੈ ਜਿੱਥੇ ਮਤਲਬ ਮੈਂ ਆਪਣੀ ਜ਼ਿੰਦਗੀ ਦੀ ਸਾਰੀ ਮਿਹਨਤ ਇਸ ਕਿਰਦਾਰ 'ਤੇ ਪਾ ਦਿੱਤੀ, ਜੋ ਮੈਂ ਸਿੱਖਿਆ ਅੱਜ ਤੱਕ ਸਾਰਾ ਕੁਛ ਮੈਂ ਗੁੰਦ ਕੇ ਇਸ ਕਿਰਦਾਰ 'ਚ ਪਾਇਆ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਮੇਰਾ ਵੱਖਰਾ ਰੂਪ ਜਿਹੜਾ ਆਡੀਅੰਸ ਨੂੰ ਸਾਹਮਣੇ ਦੇਖਣ ਨੂੰ ਮਿਲੂਗਾ। ਮੀਡੀਆ ਤੁਹਾਡੇ ਵਾਸਤੇ, ਤੁਸੀਂ ਮੈਨੂੰ ਹੁਣੇ ਮੌਜਾਂ ਹੀ ਮੌਜਾਂ 'ਚ ਵੇਖਿਆ ਸੀ, ਉਹ ਕਿਰਦਾਰ ਬਿਲਕੁਲ ਓਪੋਜ਼ਿਟ ਹੈ ਇਸ ਤੋਂ, ਇਹ ਕਿਰਦਾਰ ਬਿਲਕੁਲ ਓਪੋਜ਼ਿਟ ਹੈ। ਅਤੇ ਮੈਨੂੰ ਲੱਗਦਾ ਕਿ ਮੈਂ ਲੱਕੀ ਹਾਂ, ਮੈਂ ਇਸ ਫਿਲਮ ਦਾ ਹਿੱਸਾ ਬਣਿਆ ਅਤੇ ਫਿਲਮ ਦੀ ਕਹਾਣੀ ਵੀ ਬਹੁਤ ਵਧੀਆ ਅਤੇ ਆਪਣੇ ਨਾਲ ਜੋੜਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਪਿੱਛੋਂ ਕੁਛ ਸਮੇਂ ਤੋਂ ਕਹਾਣੀਆਂ ਨਹੀਂ ਆ ਰਹੀਆਂ ਫਿਲਮਾਂ 'ਚ, ਕਲੀ ਜੋਟਾਂ ਨੂੰ ਜੇ ਆਪਾਂ ਪਾਸੇ ਰੱਖੀਏ, ਕਲੀ ਜੋਟੇ ਨੂੰ ਮੈਂ ਮੰਨਦਾ ਕਿ ਬਹੁਤ ਸੋਹਣੀ ਕਹਾਣੀ ਸੀ, ਕਹਾਣੀਆਂ ਨਹੀਂ ਹੁੰਦੀਆਂ, ਕਮੇਡੀ ਫਿਲਮਾਂ ਬਣਦੀਆਂ, ਪਰ ਇਹ ਫਿਲਮ ਇੱਕ ਕਹਾਣੀ ਹੈ, ਇਹ ਹਰ ਦਰਸ਼ਕ ਜੁੜੂਗਾ ਇਸ ਕਹਾਣੀ ਦੇ ਨਾਲ। ਮੈਸੇਜ ਵੀ ਹੈ, ਇਮੋਸ਼ਨਸ ਵੀ ਨੇ ਅਤੇ ਕਦਰਾਂ ਕੀਮਤਾਂ ਰਿਸ਼ਤਿਆਂ ਦੀ, ਬਹੁਤ ਕੁਛ ਹੈ ਇਸ ਕਹਾਣੀ 'ਚ। ਫੁੱਲ ਔਨ ਪੈਕੇਜ, ਫੁੱਲ ਪੈਕੇਜ, ਬਿਲਕੁਲ। ਦਿਲ ਦੇ ਵਿੱਚ ਇਹੀ ਹੈ ਕਿ ਮੇਰੇ ਲਈ ਵੀ ਇਹ ਫਿਲਮ ਬਹੁਤ ਖਾਸ ਹੈ, ਕਿਉਂਕਿ ਇਸ ਫਿਲਮ ਦੇ ਵਿੱਚ ਮੈਨੂੰ ਇੱਕ ਟਾਈਮ 'ਤੇ ਦੋ ਡਿਫਰੈਂਟ ਵਾਈਬ੍ਰੇਸ਼ਨ ਪਲੇਅ ਕਰਨ ਦਾ ਮੌਕਾ ਮਿਲਿਆ, ਔਰ ਉਹ ਡਿਫਰੈਂਟ ਵਾਈਬ੍ਰੇਸ਼ਨਸ ਕੀ ਨੇ ਉਹ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਇੱਕ ਐਕਟਰ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਉਹਨੂੰ ਇੱਕ ਪ੍ਰੋਜੈਕਟ ਵਿੱਚ ਦੋ ਡਿਫਰੈਂਟ ਵਾਈਬ੍ਰੇਸ਼ਨ ਪਲੇਅ ਕਰਨ ਦਾ ਮੌਕਾ ਮਿਲ ਜਾਏ, ਔਰ ਦੋਨੋਂ ਵਾਈਬ੍ਰੇਸ਼ਨਸ ਮੇਰੀਆਂ ਫੇਵਰੇਟ ਨੇ। ਯਾਰ ਫਿਲਮ ਤੋਂ ਪਹਿਲਾਂ ਜਦੋਂ ਟ੍ਰੇਲਰ ਆਉਂਦਾ ਹੈ ਨਾ, ਤਾਂ ਟ੍ਰੇਲਰ ਦੇ ਹੱਥ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਉਹਨੇ ਹੀ ਆਡੀਅੰਸ ਨੂੰ ਟੀਜ਼ ਕਰਨਾ ਹੁੰਦਾ ਕਿ ਆਪਾਂ ਫਿਲਮ ਦੇਖਣ ਜਾਣਾ ਜਾਂ ਫਿਰ ਨਹੀਂ ਜਾਣਾ। ਅੱਲੜ ਵਰੇਸ ਫਿਲਮ ਦਾ ਟ੍ਰੇਲਰ ਅਸੀਂ ਦੇਖ ਚੁੱਕੇ ਹਾਂ, ਔਰ ਮੈਨੂੰ ਲੱਗਦਾ ਟ੍ਰੇਲਰ ਸਾਨੂੰ ਟੀਜ਼ ਕਰਨ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਇਆ। ਅਰਮਾਨ ਬੇਦਿਲ ਐਂਡ ਜਾਨਵੀਰ ਕੌਰ ਦੀ ਜੋੜੀ, ਫਸਟ ਟਾਈਮ ਅਸੀਂ ਔਨ ਸਕਰੀਨ ਦੇਖਣ ਵਾਲੇ ਹਾਂ ਥਰੂ ਅੱਲੜ ਵਰੇਸ, ਔਰ ਮੈਨੂੰ ਲੱਗਦਾ ਕਿ ਯਾਰ ਮੁੰਡਾ ਕੁੜੀ ਦੀ ਜੋੜੀ ਬਿਲਕੁਲ ਜਚੀ ਹੈ। ਫਿਲਮ ਦੇ ਗਾਣੇ ਬਹੁਤ ਸਾਰੇ ਐਡ ਕੀਤੇ ਗਏ ਨੇ ਇਨ ਟ੍ਰੇਲਰ, ਟਾਈਟਲ ਟਰੈਕ ਜਿਹੜਾ ਹੈ ਉਹ ਐਡ ਕੀਤਾ ਗਿਆ, ਬੀਟ ਵਾਲਾ ਸੌਂਗ ਹੈ, ਟਾਈਟਲ ਟਰੈਕ ਦੇ ਵਿੱਚ ਬਹੁਤ ਸਾਰੀ ਬੀਟ ਰੱਖੀ ਗਈ ਹੈ, ਔਰ ਮੈਨੂੰ ਲੱਗਦਾ ਮੈਨੂੰ ਉਹ ਸੁਣ ਕੇ ਬਹੁਤ ਜ਼ਿਆਦਾ ਮਜ਼ਾ ਆਇਆ, ਔਰ ਆਡੀਅੰਸ ਵੀ ਉਹਨੂੰ ਜ਼ਰੂਰ ਇੰਜੋਏ ਕਰੂਗੀ। ਜੇਕਰ ਮੈਂ ਫਿਲਮ ਦੀ ਕਹਾਣੀ ਦੀ ਗੱਲ ਕਰਾਂ, ਬਹੁਤ ਕੁਛ ਰਿਵੀਲ ਨਹੀਂ ਕੀਤਾ ਗਿਆ, ਬਹੁਤ ਸਾਰੇ ਸਸਪੈਂਸ ਰੱਖੇ ਗਏ ਨੇ, ਔਰ ਮੈਨੂੰ ਲੱਗਦਾ ਕਿ ਟ੍ਰੇਲਰ ਦੇ ਵਿੱਚ ਨਾ ਆਹੀ ਖਾਸੀਅਤ ਹੋਣੀ ਚਾਹੀਦੀ ਹੈ। ਜੇਕਰ ਸਾਰਾ ਕੁਛ ਕਲੀਅਰ ਹੀ ਹੋ ਗਿਆ ਯਾਰ, ਤਾਂ ਫਿਰ ਅਸੀਂ ਫਿਲਮ ਦੇਖਣ ਕਿਉਂ ਹੀ ਜਾਵਾਂਗੇ। ਸੋ ਉਹ ਜਿਹੜੀ ਮੇਨ ਪੁਆਇੰਟ ਹੈ, ਉਹ ਜਿਹੜਾ ਮੇਨ ਪੁਆਇੰਟ ਉਹ ਟ੍ਰੇਲਰ ਦੇ ਵਿੱਚ ਰੱਖਿਆ ਗਿਆ ਕਿ ਸਭ ਕੁਛ ਕਲੀਅਰ ਨਹੀਂ ਕੀਤਾ ਗਿਆ, ਸਸਪੈਂਸ ਹੈ ਮੂਵੀ ਦੇ ਵਿੱਚ ਬਹੁਤ ਸਾਰਾ। ਜਾਨਵੀਰ ਦਾ ਜਿਹੜਾ ਕੈਰੈਕਟਰ ਹੈ ਉਹ ਮੈਨੂੰ ਕਿਤੇ ਨਾ ਕਿਤੇ ਡਬਲ ਸ਼ੇਡ ਲੱਗ ਰਿਹਾ, ਪਰ ਮੈਨੂੰ ਕਨਫਿਊਜ਼ਨ ਹੈ ਕਿ ਆਖਿਰਕਾਰ ਕਿੱਦਾਂ ਦਾ ਕਿਰਦਾਰ ਜਿਹੜਾ ਉਹ ਰਹਿਣ ਵਾਲਾ। ਜੇਕਰ ਮੈਂ ਅਰਮਾਨ ਦੇ ਕਿਰਦਾਰ ਦੀ ਗੱਲ ਕਰਾਂ, ਤਾਂ ਇੱਕ ਵਾਰ ਫਿਰ ਤੋਂ ਅਸੀਂ ਉਹਨਾਂ ਨੂੰ ਇੱਕ ਰੋਮੈਂਟਿਕ ਕਿਰਦਾਰ ਦੇ ਵਿੱਚ ਦੇਖਣ ਵਾਲੇ ਹਾਂ, ਜਿੱਦਾਂ ਦਾ ਕਿਰਦਾਰ ਉਹਨਾਂ ਦਾ ਮੁੰਡਾ ਸਾਊਥ ਹਾਲ ਦਾ ਦੇ ਵਿੱਚ ਸੀਗਾ, ਪਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਅਲੱਗ ਹੈ ਉਹ ਹੈ ਕਿ ਐਕਸ਼ਨ ਵੀ ਸਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ। ਜਿੰਮੀ ਸ਼ਰਮਾ ਵੀ ਫਿਲਮ ਦੇ ਵਿੱਚ ਮੇਨ ਲੀਡ ਪਲੇ ਕਰਦੇ ਹੋਏ ਹੀ ਨਜ਼ਰ ਆਉਣ ਵਾਲੇ ਨੇ, ਉਹਨਾਂ ਦਾ ਕਿਰਦਾਰ ਵੀ ਕਿਤੇ ਨਾ ਕਿਤੇ ਨੈਗੇਟਿਵ ਰੱਖਿਆ ਗਿਆ, ਇੱਦਾਂ ਦਾ ਕਿਰਦਾਰ ਕਰਦੇ ਹੋਏ ਸੀ ਉਹਨਾਂ ਨੂੰ ਪਹਿਲਾਂ ਨਹੀਂ ਦੇਖਿਆ। ਸੋ ਜਿੰਨੇ ਵੀ ਕੈਰੈਕਟਰਸ ਨੇ ਮੂਵੀ ਦੇ ਵਿੱਚ ਉਹਨਾਂ ਨੇ ਕੁਛ ਨਾ ਕੁਛ ਐਕਸਪੈਰੀਮੈਂਟ ਟਰਾਈ ਕੀਤਾ ਹੈ, ਸ਼ਿਵਮ ਸ਼ਰਮਾ ਨੇ ਇੱਕ ਐਕਸਪੈਰੀਮੈਂਟ ਟਰਾਈ ਕੀਤਾ ਹੈ ਥਰੂ ਫਿਲਮ, ਸੋ ਲੈਟ ਸੀ ਮੂਵੀ ਨੂੰ ਕਿੱਦਾਂ ਦਾ ਰਿਸਪੋਂਸ ਮਿਲਦਾ। ਪਰ ਮੈਨੂੰ ਇੱਦਾਂ ਲੱਗਦਾ ਕਿ ਟ੍ਰੇਲਰ ਨੂੰ ਕਾਫੀ ਅੱਛਾ ਰਿਸਪੋਂਸ ਜਿਹੜਾ ਉਹ ਮਿਲਣ ਵਾਲਾ, ਕਿਉਂਕਿ ਸਾਰੇ ਕਿਰਦਾਰਾਂ ਨੇ, ਸਾਰੇ ਐਕਟਰਸ ਨੇ ਐਂਡ ਡਾਇਰੈਕਟਰ ਨੇ ਜੋ ਮੂਵੀ ਦੇ ਉੱਤੇ ਮਿਹਨਤ ਕੀਤੀ ਹੈ ਉਹ ਸਾਨੂੰ ਟ੍ਰੇਲਰ ਦੇ ਵਿੱਚ ਦੇਖਣ ਨੂੰ ਮਿਲ ਗਈ ਹੋਈ ਹੈ।
ਸੋ ਹੁਣ ਫਿਲਮ ਕਿੱਦਾਂ ਦੀ ਰਹਿੰਦੀ ਹੈ ਇਹ ਤਾਂ ਸਾਨੂੰ 31 ਮਈ ਨੂੰ ਹੀ ਪਤਾ ਚੱਲੇਗਾ। 31 ਮਈ 2024 ਨੂੰ ਅੱਲੜ ਵਰੇਸ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ, ਅਸੀਂ ਮੂਵੀ ਦੇਖਣ ਜਾਵਾਂਗੇ, ਤੁਸੀਂ ਵੀ ਮੂਵੀ ਜ਼ਰੂਰ ਦੇਖਣ ਜਾਇਓ ਕਿਉਂਕਿ ਐਕਸਪੈਰੀਮੈਂਟਲ ਮੂਵੀ ਹੈ ਐਂਡ ਡੈਫੀਨੇਟਲੀ ਬਹੁਤ ਸਾਰੇ ਇਮੋਸ਼ਨਸ ਸਾਨੂੰ ਮੂਵੀ ਦੇ ਵਿੱਚ ਦੇਖਣ ਨੂੰ ਮਿਲਣਗੇ। ਜੇਕਰ ਤੁਸੀਂ ਟ੍ਰੇਲਰ ਨਹੀਂ ਦੇਖਿਆ ਛੇਤੀ ਛੇਤੀ ਜਾ ਕੇ ਟ੍ਰੇਲਰ ਦੇਖੋ ਐਂਡ ਮੈਨੂੰ ਵਾਪਸ ਆ ਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਟ੍ਰੇਲਰ ਕਿਹੋ ਜਿਹਾ ਲੱਗਾ ਹੈ।